ਤੇ ਕੱਲ ਨਾ ਆਪਾਂ ਫੇਸਬੁੱਕ ਤੇ ਪੋਸਟਾਂ ਵੇਖ ਕੇ ਆਏ ਹਾਂ। ਜਦੋਂ ਆਏ ਤੇ ਡੰਗਰਾਂ ਮਗਰ ਵੀ ਕਾਫੀ ਗੋਇਆ ਚੜਿਆ ਸੀ, ਉਹ ਆਪਾਂ ਹਟਾਇਆ, ਫਿਰ ਪਾਣੀ ਢਾਇਆ। ਅੱਜ ਆਪਾਂ ਵੀਰ ਆਏ ਆ ਸਾਰੇ ਹਰਾ ਚਾਰਾ ਵੱਢ ਕੇ, ਤੇ ਆਪਾਂ ਇੱਥੇ ਸੁੱਟ ਕੇ ਜਾਵਾਂਗੇ। ਜਿਹੜਾ ਵੀ ਕੋਈ ਨੌਜਵਾਨ ਆਉਂਦਾ ਆ ਉਹ ਪਾ ਕੇ ਜਾਵੇ ਪੱਠੇ ਪਸ਼ੂਆਂ ਨੂੰ। ਤੇ ਇੱਕ ਗੱਲ ਇਹ ਆ ਵੀ ਕਿਹਾ ਜਾ ਰਿਹਾ ਆ ਇਹਨਾਂ ਵੱਲੋਂ, ਪਰਿਵਾਰਾਂ ਵੱਲੋਂ ਗੋਲੀ ਚਲਾਈ ਗਈ ਆ। ਆਪਾਂ ਇੱਕ ਵੀਡੀਓ ਵਾਇਰਲ ਹੋਈ ਆ, ਉਹਦੇ ਵਿੱਚ ਆਪਾਂ ਵੇਖਦੇ ਆ ਕਿ ਘੱਟੋ ਘੱਟ 100+ ਗੁੱਜਰ ਹੋਏਗਾ ਜਿਹੜਾ ਗੇਟ ਨੂੰ ਆਣ ਕੇ ਲੱਤਾਂ ਮਾਰਨ ਡਿਆ ਆ। ਜਦੋਂ ਵੀ ਅਸੀਂ ਕੋਈ ਲਾਇਸੈਂਸ ਬਣਾਈਦਾ ਆ ਹਥਿਆਰ ਦਾ, ਆਪਣੇ ਸੈਲਫ ਡਿਫੈਂਸ ਵਾਸਤੇ ਬਣਾਈਦਾ ਆ, ਅਸੀਂ ਉਹ ਹਥਿਆਰ ਬਾਹਰ ਲੈ ਕੇ ਤੇ ਗਏ ਨਹੀਂ। ਜਦੋਂ ਕੋਈ ਸਾਡੇ ਘਰ ਚੜ੍ਹਾਈ ਕਰਕੇ ਆਏਗਾ ਤੇ ਸੁਭਾਵਿਕ ਹੀ ਆ ਕਿ ਗੋਲੀ ਚੱਲ ਸਕਦੀ ਆ। ਜੇ ਉਹ ਸੱਜਣ ਨਾ ਚਲਾਉਂਦੇ, ਜਾਂ ਮੰਨ ਲਓ ਜੀ ਉਹਨਾਂ ਨੂੰ ਚਲਾਈ ਵੀ ਗਈ ਆ, ਤੇ ਫਿਰ ਉਹ ਗੁੱਜਰ ਉਹਨਾਂ ਨੂੰ ਮਾਰ ਜਾਂਦੇ, ਫਿਰ ਮਾਹੌਲ ਕੀ ਹੁੰਦਾ? ਇਸ ਕਰਕੇ ਪਿੰਡ ਦੇ ਵਿੱਚ ਬਹੁਤ ਨੌਜਵਾਨ ਡਰ ਦੇ ਨਾਲ ਹੀ ਗਏ ਆ। ਉਹਨਾਂ ਨੂੰ ਇਹ ਨਹੀਂ ਡਰ ਰਿਹਾ ਕਿ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ। ਆਪਾਂ ਕੱਲ੍ਹ ਵੀ ਆਏ ਹਾਂ ਕਿ ਸੱਜਣ ਕਹਿ ਰਿਹਾ ਕਿ ਮੈਨੂੰ ਦਬਕੇ ਮਾਰ ਦੇ ਗੁੱਜਰ ਕੇ, ਕਿਉਂ ਤੂੰ ਇਹਨਾਂ ਦੇ ਪੱਠੇ ਵੱਢਦਾ? ਤਾਂ ਕਰਕੇ ਆਪਾਂ ਸੱਜਣ ਕੋਈ ਅੱਜ 10-15 ਆਏ ਹਾਂ ਵੀ ਆਪਾਂ ਪੱਠੇ ਵੱਢ ਕੇ 2 ਦਿਨ ਦੇ ਤੇ ਇੱਥੇ ਸੁੱਟ ਕੇ ਜਾਵਾਂਗੇ, ਤੇ ਰੋਜ਼ ਆਵਾਂਗੇ। ਅੱਜ ਵੀ ਆਏ ਹਾਂ। ਮੇਰੀ ਤਾਂ ਇਹੋ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ, ਚੈਨਲ ਦੇ ਰਾਹੀਂ, ਵੀ ਜਿਹੜੇ ਵੀ ਪਿੰਡ ਦੇ ਨੌਜਵਾਨ ਬਾਹਰ ਆ, ਚਲੋ ਜਿਨ੍ਹਾਂ ਦੇ ਪਰਚੇ ਆ ਜਾਂ ਜਿਨ੍ਹਾਂ ਦਾ ਨਾਮ ਬੋਲਦਾ ਵਾ, ਉਹਨਾਂ ਦੀ ਤਾਂ ਇੱਕ ਮਜਬੂਰੀ ਹੋ ਜਾਂਦੀ ਆ, ਪਰ ਦੂਜਿਆਂ ਨੂੰ ਨਹੀਂ ਡਰਨਾ ਚਾਹੀਦਾ ਇਸ ਟਾਈਮ ਪਿੰਡ 'ਚ ਆਣ ਕੇ, ਕਿਉਂ ਸਾਰੀਆਂ ਜਥੇਬੰਦੀਆਂ ਆਈਆਂ ਵਾ, ਆ ਵੀ ਰਹੇ ਆ ਸਿੰਘ, ਤੇ ਡਟ ਕੇ ਪਿੰਡ 'ਚ ਉਹਨਾਂ ਨੂੰ ਰਹਿਣਾ ਚਾਹੀਦਾ ਆ। ਕਿਉਂਕਿ ਜੇ ਆਪਾਂ ਅੱਜ ਆਪਣਾ ਇੱਕ ਪਿੰਡ ਤੋਂ ਇਹ ਸ਼ੁਰੂਆਤ ਹੋ ਜਾਣੀ ਆ, ਜੇ ਆਪਾਂ ਇੱਥੋਂ ਛੱਡਣ ਡਿਆ ਵੀ ਕੱਲ੍ਹ ਨੂੰ ਸਾਨੂੰ ਪੰਜਾਬ ਦੇ ਵਿੱਚੋਂ ਵੀ ਬਾਹਰ ਕੱਢਿਆ ਜਾਏਗਾ। ਸੋ ਇਸ ਕਰਕੇ ਮੇਰੀ ਇਹੀ ਬੇਨਤੀ ਆ ਕਿ ਜੋ ਵੀ ਸੱਜਣ ਬਾਹਰ ਆ ਜਿਨ੍ਹਾਂ ਦਾ ਨਾਂ ਨਹੀਂ ਪਰਚੇ ਵਿੱਚ, ਉਹ ਆਣ ਕੇ ਆਪਣੇ ਪਸ਼ੂ ਡੰਗਰਾਂ ਨੂੰ ਸਾਂਭਣ। ਅਸੀਂ ਨਾਲ ਆ ਇਹਨਾਂ ਦੇ, ਬਿਲਕੁਲ।